ਗੁਰਪ੍ਰੀਤ ਸਿੰਘ ਰੋਡੇ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਮੈਨੇਜਰ ਵਜੋਂ ਅਹੁਦਾ ਸੰਭਾਲਿਆ। ਅਹੁਦਾ ਸੰਭਾਲਣ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਰੋਡੇ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ ਸਿੱਖਾਂ ਦੇ ਤੀਜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਬਣੇ ਮੈਨੇਜਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰਪ੍ਰੀਤ ਸਿੰਘ ਰੋਡੇ ਨੂੰ ਚਾਰਜ ਸੰਭਾਲ ਦਿੱਤਾ ਹੈ, ਜਿਨ੍ਹਾਂ ਦਾ ਸਵਾਗਤ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵੱਲੋਂ। ਸਭ ਤੋਂ ਪਹਿਲਾਂ ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਕੇ ਸਤਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਦਫ਼ਤਰ ਦੇ ਵਿੱਚ ਸਮੂਹ ਸਟਾਫ ਦੇ ਸਾਹਮਣੇ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਇਸ ਮੌਕੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਵੱਖ ਵੱਖ ਗੁਰਦੁਆਰਾ ਸਾਹਿਬ ਦੇ ਬਤੌਰ ਮੈਨੇਜਰ ਵੱਲੋਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਉਹ ਆਪਣੀ ਸੇਵਾ ਕਰਕੇ ਆਪਣੇ ਆਪ ਨੂੰ ਗੁਰੂ ਸਾਹਿਬ ਪ੍ਰਤੀ ਸ਼ੁਕਰਾਨਾ ਕਰਦੇ ਹਨ। ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਮੌਜੂਦਾ ਸਮੇਂ ਵਿੱਚ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਤੌਰ ਇੰਸਪੈਕਟਰ ਸੇਵਾ ਨਿਭਾ ਰਹੇ ਸਨ, ਜਿਨ੍ਹਾਂ ਦਾ ਤਬਾਦਲਾ ਕਰਕੇ ਅੱਜ ਉਨ੍ਹਾਂ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦਾ ਬਤੌਰ ਮੈਨੇਜਰ ਲਗਾਇਆ ਗਿਆ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਮੀਤ, ਮੈਨੇਜਰ ਐਡਵੋਕੇਟ ਹਰਦੇਵ ਹੈਪੀ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸੂਚਨਾ ਅਫਸਰ ਹਰਪ੍ਰੀਤ ਸਿੰਘ ਇੰਚਾਰਜ, ਜਥੇਦਾਰ ਰਾਮ ਸਿੰਘ, ਸੁਖਬੀਰ ਸਿੰਘ, ਦਵਿੰਦਰ ਸਿੰਘ ਢਿੱਲੋਂ, ਭੁਪਿੰਦਰ ਸਿੰਘ ਅਕਾਊਂਟੈਂਟ ਤੋਂ ਇਲਾਵਾ ਹੋਰ ਸਮੂਹ ਸਟਾਫ ਹਾਜ਼ਰ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬੜੀ ਪਾਰਕ ਕਿਰਪਾ ਕੀਤੀ ਦਾਸ ਤੇ ਆਪਣੇ ਤਖਤਾਂ ਦੀ ਸੇਵਾ ਬਖਸ਼ੀ ਹੈ। ਮੈਂ ਪੂਰੇ ਧੰਨ ਇਮਾਨਦਾਰੀ ਨਾਲ ਮੈਂ ਇਹ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗਾ। ਕਾਲਪੁਰਖ ਵਾਹਿਗੁਰੂ ਆਪ ਕਰਵਾ ਲੈਣ ਅਤੇ ਮੈਂ ਸਭ ਦਾ ਧੰਨਵਾਦ ਕਰਦਾ ਹਾਂ, ਸਰਦਾਰ ਅਮਰਜੀਤ ਸਿੰਘ ਚਾਵਲਾ ਸਾਹਿਬ ਦਾ, ਪ੍ਰਧਾਨ ਸਾਹਿਬ ਦਾ, ਸਾਡੇ ਧਾਮੀ ਸਾਹਿਬ ਦਾ, ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਅਤੇ ਸੇਵਾ ਦਿੱਤੀ ਹੈ। ਅਤੇ ਮੈਂ ਸੰਗਤ ਵਾਸਤੇ ਜਿਹੜਾ ਉਹ ਤੱਤਰ ਰਹਾਂਗਾ ਸੇਵਾ ਵਾਸਤੇ, ਅਤੇ ਕੋਸ਼ਿਸ਼ ਕਰਾਂਗਾ ਵੀ ਜੋ ਵੀ ਮੇਰੇ ਸਾਹਮਣੇ ਕੋਈ ਕਮੀ ਪੇਸ਼ੀ ਆਉਂਦੀ ਤਾਂ ਮੈਂ ਦੂਰ ਕਰਕੇ ਅਤੇ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋਊਂਗਾ ਸਮਝਣਾ। ਅਤੇ ਮੇਰਾ ਮਨ ਦਾ ਆਪਣਾ ਤੁਰਨਾ ਇਹ ਆ, ਜਿੱਥੇ ਕਿਤੇ ਪ੍ਰਬੰਧ ਜ਼ਰੂਰਤ ਹੋਵੇਗੀ ਅਸੀਂ ਵਗੈਰਾ ਕਰਨਾ। ਮੈਂ ਕਾਫੀ ਗੁਰਦੁਆਰਾ ਸਾਹਿਬਾਨਾਂ ਵਿੱਚ ਬਤੌਰ ਮੈਨੇਜਰ ਸੇਵਾ ਨਿਭਾਈ ਹੈ, ਜਿਵੇਂ ਦੂਰਦਵਾਰ ਸਾਹਿਬ ਪਟਿਆਲਾ, ਜੀਂਦ, ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਚਮਕੌਰ ਸਾਹਿਬ, ਅੰਮ੍ਰਿਤਸਰ, ਮੋਹਾਲੀ, ਤਕਰੀਬਨ ਤਿੰਨ ਤਿੰਨ ਚਾਰ ਚਾਰ ਵਾਰ ਉੱਥੇ ਸੇਵਾ ਨਿਭਾਈ ਹੈ। ਅਤੇ ਸੁਪਰਵਾਈਜ਼ਰ ਫਲਾਇੰਗ ਵਿਭਾਗ 'ਚ ਮੈਂ ਦੋ ਵਾਰ ਰਿਹਾ ਜੀ, ਅਤੇ ਹੁਣ ਮੈਂ ਸੁਪਰਵਾਈਜ਼ਰ ਪਰਚੇਜ਼ ਬ੍ਰਾਂਚ ਸੀ, ਇੱਥੋਂ ਹੁਣ ਸੇਵਾ ਇੱਥੇ ਦਿੱਤੀ ਗਈ ਹੈ। ਨਹੀਂ ਜੀ, ਮਾਲਕ ਨੇ ਸੇਵਾ ਬਖਸ਼ੀ ਹੈ ਅਤੇ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਸਮਾਂ ਜਿਹੜਾ ਉਹ ਤਖਤ ਸਾਹਿਬ ਨੂੰ ਉੱਥੇ ਦੇ ਕੇ ਸੇਵਾ ਨਿਭਾਈਏ। ਦਰਬਾਰ ਸਾਹਿਬ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਕਿਹਾ ਵੀ ਜਿਹੜੇ ਸੇਵਾ ਦਾ ਇੱਥੇ ਵੀ ਜੀ ਜਿਸ ਤਰ੍ਹਾਂ ਸਾਨੂੰ ਹਦਾਇਤਾਂ ਹੋਣਗੀਆਂ ਉਸ ਤਰ੍ਹਾਂ ਕਰਾਂਗੇ। ਬਾਕੀ ਸਾਡੀ ਤਾਂ ਹਮੇਸ਼ਾ ਹੀ ਸੇਵਾਦਾਰਾਂ ਨੂੰ ਇਹ ਪਹਿਲਕਦਮੀ ਰਹਿੰਦੀ ਹੈ ਵੀ ਜਿਹੜੀ ਵੀ ਸੰਗਤ ਦਰਸ਼ਨ ਮੇਲੇ ਕਰਨ ਆਉਂਦੀ ਆ ਉਹਨੂੰ ਪਿਆਸ ਟਿਕਾਉਣ ਨਾਲ ਹੀ ਬੋਲਿਆ ਜਾਵੇ, ਸਾਡਾ ਸ਼ੁਰੂ ਤੋਂ ਹੀ ਰਹਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸਾਡੇ ਮਾਨਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਜਿੰਦਰ ਸਿੰਘ ਜੀ ਧਾਮੀ ਸਾਹਿਬ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਪ੍ਰਬੰਧ ਨੂੰ ਹੋਰ ਚੁਸਤ ਦਰੁਸਤ ਕਰਨ ਵਾਸਤੇ ਸਾਡੇ ਬਹੁਤ ਹੀ ਪਿਆਰੇ ਅਤੇ ਬੜੇ ਗੁਰੂ ਘਰ ਦੇ ਮਿਹਨਤੀ ਸਾਡੇ ਜੋ ਸੇਵਾਦਾਰ ਮੈਨੇਜਰ ਸਾਹਿਬ ਗੁਰਪ੍ਰੀਤ ਸਿੰਘ ਜੀ ਰੋਡੇ ਸਾਹਿਬ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਜੋ ਨਸੀਬ ਹੋਈ ਹੈ, ਮੈਂ ਜਿੱਥੇ ਇਹਨਾਂ ਨੂੰ ਵਧਾਈ ਦਿੰਦਾ, ਕਿਉਂਕਿ ਤਖਤ ਕੇਸਗੜ੍ਹ ਸਾਹਿਬ ਖਾਲਸਾ ਪੰਥ ਦਾ ਤੀਸਰਾ ਮਹਾਨ ਤਖਤ ਹੈ ਅਤੇ ਸਭ ਤੋਂ ਵੱਡੀ ਗੱਲ ਕਿ ਇੱਥੇ ਜੋ ਸਿੱਖ ਪੰਥ ਦੀ ਸਾਜਨਾ ਹੋਈ, ਖਾਲਸੇ ਦਾ ਪ੍ਰਗਟ ਸਥਾਨ ਹੈ ਜਿਸ ਖਾਲਸੇ ਦੀ ਸਮੁੱਚੀ ਦੁਨੀਆਂ ਦੇ ਵਿੱਚ ਧੁੰਮਾਂ ਅਤੇ ਦੁਨੀਆਂ ਵਿੱਚ ਵੱਸਣ ਵਾਲਾ ਹਰ ਸਿੱਖ ਜਿਹੜਾ ਉਹ ਸ੍ਰੀ ਅਨੰਦਪੁਰ ਸਾਹਿਬ ਦਾ ਵਾਸੀ ਹੈ। ਇਸ ਗੱਲ ਦੇ ਲਈ ਸਰਦਾਰ ਗੁਰਪ੍ਰੀਤ ਸਿੰਘ ਜੀ ਵੱਡੀ ਵੀ ਵਧਾਈ ਦੇ ਪਾਤਰ ਹੈ ਕਿ ਉਹਨਾਂ ਨੂੰ ਬੜੇ ਮਹਾਨ ਤਖਤ ਸਾਹਿਬ ਦੀ ਸੇਵਾ ਨਸੀਬ ਹੋਈ ਹੈ। ਮੈਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ, ਸਤਿਗੁਰੂ ਆਪਣੇ ਸੇਵਕ ਤੋਂ ਆਪ ਹੀ ਜੋ ਆਪਣੇ ਸੇਵਕ ਹੀ ਆਪੇ ਰੱਖੇ, ਆਪੇ ਨਾਮ ਜਪਾਵੇ, ਜਿਹੋ ਜਿਹਾ ਕਾਜ ਕਿਰਤ ਸੇਵਕ ਨੂੰ ਤਾਹਾਂ ਤਾਹਾਂ ਉਠਤਾਵੇ, ਸਤਿਗੁਰੂ ਕਿਰਪਾ ਕਰਨ ਇਹਨਾਂ ਤੋਂ ਇਸ ਮਹਾਨ ਤਖਤ ਦੀ, ਇਸ ਦੇ ਨਾਲ ਜਿੰਨੇ ਹੋਰ
40 45 गुरद्वारा साहिबान जिहड़े नाल अटैच है जिहड़े सारे बहुत वड्डे इतिहासिक स्थान हन उन्हां दी जिहड़ी सेवा उह आप सतगुरु इहनां दे कोल करवा लैण ते इहनां नूं हमेशा बल बख्शन सतगुरु कृपा करन। बड़ी भावनी वाले बड़े भाव प्यार वाले अते हमेशा मिलवरतन नाल जिहड़े उह सारिआं नूं नाल लै के चलण वाले सर गुरप्रीत सिंह जी रोडे नूं मैं पिछले कई थावां ते सुल्तानपुर लोधी गोइंदवाल साहब मेरा बहुत लम्मा इन्हों तजर्बा एसोसीएशन वाला प्रेम रहा साडा आपस ते मैं देखता रहा बहुत सोहने प्रबंध जिहड़े आ करदे आ ते इत्थे जिहड़े प्रबंध है क्योंकि बहुत वड्डा थां आ बड़ी वड्डी हिस्टरी है इत्थों दी ते बड़ियां लोकां दीआं भावनावां इस थां नाल जुड़ियां होईआं ये सारिआं दे मद्देनज़र उहदा सेवावां नूं सतगुरु दे चरणां विच रहि के ਨਿਭਾਉਣ ਦਾ ਯਤਨ ਕਰਦੇ।